ਇੱਕ ਸਾਲ ਇਸ ਧਰਤੀ ਦਾ ਚੱਕਰ ਕੱਢਿਆ, ਤੀਰਥਾਂ 'ਤੇ ਵੀ ਗਏ ਕਿ ਇੱਥੋਂ ਸ਼ਾਂਤੀ ਲੱਭ ਜਾਏ, ਇੱਥੋਂ ਮਿਲ ਜਾਏ, ਇੱਥੋਂ ਚੈਨ ਆ ਜਾਏ, ਪਰ ਮਹਾਰਾਜ ਨਹੀਂ ਆਈ। ਭਟਕਣਾ ਬਣੀ ਰਹੀ, ਮਨ ਤੜਫਦਾ ਰਿਹਾ, ਪਰ ਜਦੋਂ ਹਰਿਮੰਦਰ ਸਾਹਿਬ ਆਏ, ਤੁਹਾਡੇ ਅਸਥਾਨ ਦੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ, ਦਰਸ਼ਨ ਕਰਕੇ ਮਨ ਠੰਡਾ ਠਾਰ ਹੋ ਗਿਆ, ਸ਼ੀਤਲ ਹੋ ਗਿਆ। ਇਹ ਪਰਉਪਕਾਰ ਮੇਰੇ ਸਤਿਗੁਰੂ ਜੀ ਤੁਸੀਂ ਕੀਤਾ ਹੈ। ਭਿੱਖਾਂ ਜੀ ਨੇ ਫਿਰ 17 ਭੱਟਾਂ ਨੂੰ, 16 ਭੱਟ 17ਵਾਂ ਭਿੱਖਾ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਜਸ ਗਾਇਆ ਸਨਮੁਖ ਹੋ ਕੇ। ਇਹ ਗੁਣ ਸਾਰਾ ਕੁਝ ਪਰਮੇਸ਼ੁਰ ਤੁਹਾਨੂੰ ਦੇਈ ਜਾਵੇ ਤਾਂ ਤੁਸੀਂ ਪਰਮੇਸ਼ੁਰ ਦੇ ਗੁਣ ਨਾ ਗਾਓ, ਤੁਹਾਡੇ ਨਾਲ ਵੱਡਾ ਕਿਰਤਕਣ ਕੀ ਕੌਣ ਹੈ? ਗੁਰੂ ਨੇ ਸਾਰੇ ਸੁੱਖ ਤੁਹਾਨੂੰ ਦਿੱਤੇ ਹੈ, ਗੁਰੂ ਦੀ ਮਹਿਮਾ ਹੀ ਨਾ ਕਰੋ। ਜਿਹੜਾ ਸਾਧ ਸੰਗਤ ਜੀ, ਕੋਈ ਤੁਹਾਡੀ ਇੱਛਾ ਪੂਰੀ ਹੋਈ ਹੈ, ਤੁਹਾਡੇ 'ਤੇ ਕੋਈ ਰਹਿਮਤ ਵਰਤੀ ਹੈ, ਤੁਸੀਂ ਸੰਗਤ ਵਿੱਚ ਜਦੋਂ ਜਾ ਕੇ ਦੱਸਦੇ ਹੋ, ਇਹ ਗੁਰੂ ਦੀ ਵਡਿਆਈ ਹੁੰਦੀ ਹੈ ਕਿ ਮਹਾਰਾਜ ਮੈਂ ਫਲਾਨੀਆਂ ਫਲਾਨੀਆਂ ਥਾਵਾਂ 'ਤੇ ਵੀ ਗਿਆ, ਪਰ ਕਿਤੋਂ ਮੇਰੀ ਝੋਲੀ ਵਿੱਚ ਖੈਰ ਨਹੀਂ ਪਈ, ਮੇਰੀ ਝੋਲੀ ਵਿੱਚ ਗੁਰੂ ਰਾਮਦਾਸ ਜੀ ਦੇ ਦਰ ਤੋਂ ਖੈਰ ਪਈ, ਉਹਨਾਂ ਨੇ ਪ੍ਰਤੱਖ ਹੋ ਕੇ ਮੇਰੀਆਂ ਝੋਲੀਆਂ ਭਰ ਦਿੱਤੀਆਂ। ਇਹ ਜਸ ਕਰਨਾ ਆਪਣੇ ਗੁਰੂ ਦਾ ਕਿਉਂ ਕਰਨਾ? ਦੂਜਿਆਂ ਦੇ ਜਿਹੜੀ ਦੂਜੇ ਲੋਕ ਭਟਕਦੇ ਫਿਰਦੇ ਆ, ਥਾਂ ਥਾਂ ਟੱਕਰਾਂ ਮਾਰਦੇ ਆ, ਉਹ ਵੀ ਉੱਥੇ ਜਾ ਕੇ ਆਪਣੀਆਂ ਝੋਲੀਆਂ ਭਰ ਲੈਣ, ਉਹਨਾਂ ਦੀ ਭਟਕਣਾ ਮੁੱਕ ਜਾਏ, ਉਹਨਾਂ ਨੂੰ ਸ਼ਾਂਤੀ ਆ ਜਾਏ, ਉਹਨਾਂ 'ਤੇ ਵੀ ਕਿਰਪਾ ਹੋ ਜਾਏ, ਤਾਂ ਗੁਣ ਗਾਉਣੇ ਆ ਭਾਈ, ਤਾਂ ਆਪਣੇ ਗੁਰੂ ਦੀਆਂ ਸਿਫਤਾਂ ਕਰਨੀਆਂ, ਆਪਣੇ ਗੁਰੂ ਦੀਆਂ ਸਿਫਤ ਸਲਾਹ ਵਿੱਚ ਲੱਗੇ ਰਹਿਣਾ, ਆਪਣੇ ਗੁਰੂ ਦੇ ਗੁਣ ਗਾਉਣੇ ਆ। ਧੰਨ ਭਾਈ ਸੰਤੋਖ ਸਿੰਘ ਜੀ ਨੇ 10 ਗੁਰੂ ਸਾਹਿਬਾਨਾਂ ਦੇ ਗੁਣ 14 ਪੋਥੀਆਂ 'ਚ ਗਾਏ ਆ, 14 ਪੋਥੀਆਂ 'ਚ। ਐਡਾ ਵੱਡਾ ਇਤਿਹਾਸ ਕੋਈ ਨਹੀਂ ਲਿਖ ਸਕਦਾ, ਐਡੇ ਵੱਡੇ ਗੁਣ ਗਾਏ ਆਪਣੇ ਸਤਿਗੁਰੂ ਦੇ, ਆਪਣੇ ਗੁਰੂ ਦੇ, ਆਪਣੇ ਪਰਮੇਸ਼ਰ ਦੇ, ਆਪਣੇ ਸੱਚੇ ਪਾਤਸ਼ਾਹ ਦੇ ਗੁਣ ਗਾਉਣੇ, ਸਿਫਤਾਂ ਕਰਨੀਆਂ। ਗੁਣ ਗਾਵੋ, ਗੁਣ ਗਾਇਆ ਕਰ। ਗੁਣ ਗਾਉਂਦਿਆਂ ਗਾਉਂਦਿਆਂ ਇੰਨਾ ਆਨੰਦ, ਇੰਨੀ ਮਸਤੀ ਜੀਵਨ ਵਿੱਚ ਪੈਦਾ ਹੋ ਜਾਂਦੀ ਆ, ਉਹ ਸਰੂਰ ਜੀਵਨ ਵਿੱਚ ਪੈਦਾ ਹੋ ਜਾਂਦਾ, ਭਗਤੀ ਦਾ ਨਸ਼ਾ ਚੜ੍ਹ ਜਾਂਦਾ। ਉਹ ਨਸ਼ਾ, ਉਹ ਸਰੂਰ ਜਿਹੜਾ ਸੀ, ਉਸ ਦੀ ਸ਼ਕਤੀ ਨਾਲ ਸਿੰਘਾਂ ਨੇ ਬੰਦ ਬੰਦ ਵੀ ਕਟਾ ਲਏ, ਤਕਲੀਫ ਨਹੀਂ ਹੋਈ, ਉਹ ਗੁਣ ਗਾਉਂਦਿਆਂ ਗਾਉਂਦਿਆਂ ਮਿਲਿਆ। ਇਸ ਕਰਕੇ ਆਪਣੇ ਵਾਹਿਗੁਰੂ ਦੇ ਇਹ ਗੁਰਸਿੱਖ ਗੁਣ ਗਾਇਆ ਕਰ। ਰਾਏ ਜੋ ਰਾਜਾ ਰੂਪ ਹੈ, ਵਾਹਿਗੁਰੂ ਪਰਮੇਸ਼ਰ ਹੈ ਸਰਬੱਤਰ ਕਾ, ਔਰ ਜੋ ਪ੍ਰਿਥਵੀ ਦੀ ਪਾਲਕ ਰੱਖਿਆ ਕਰਦਾ, ਤੇਰੀ ਵੀ ਰੱਖਿਆ ਕਰੇਗਾ।